पंजाब की खबरों की ओर, जहां तीन दिन से श्री मुक्तसर साहिब में तेज आंधी के साथ तूफान आ रहा है, ऐसी ही बीती रात श्री मुक्तसर साहिब में तेज हवाओं के साथ पानी भी गिरा। लोगों ने नौतपा से राहत की सांस ली है, तो वहीं गांव तरखानवाला में तेज आंधी आई, जिससे 120 फीट ऊंचा बीएसएनएल का टावर गिर गया। टावर गिरने से दो लोगों को चोट आई है। श्री मुक्तसर साहिब से बूटा सिंह की रिपोर्ट। बढ़ते अगली खबर की ओर। पंजाब के फिरोजपुर के पास सड़क हादसा हो गया, जिसमें एक 35 वर्षीय युवक की ट्रैक्टर ट्रॉली की चपेट में आने से मौत हो गई। मृतक गांव तिलचे का रहने वाला बताया जा रहा है। बता दें कि युवक बाइक पर सवार होकर फिरोजपुर शहर जा रहा था, तभी रास्ते में ट्रैक्टर चालक ने युवक को ट्रॉली से कुचल दिया, जिससे उसकी मौके पर ही मौत हो गई। वही मौके पर पहुंची पुलिस ने शव कब्जे में लेकर सिविल अस्पताल में पोस्टमार्टम के लिए भेज दिया। पुलिस अब मामले की जांच में जुटी। फिरोजपुर से सुखचैन सिंह की रिपोर्ट। की नाम तोड़ा? सरजीत सिंह। सरजीत सिंह की लगदा है जल्दी दस्सो। भरा सी मेरा। ते की होया की? ए बस भरा मेरा सामान लेन आ रहा है शहरों। कहां दा? बोर दा। किथे दा रहण वाला? ए तिलचे पिंड है। ते किन्ने ब्याह सीगा? ब्याह है, तीन बच्चे सी। छोटे ने? छोटे ने जी। अच्छा, डेथ किवें होगी? ਚੱਲਿਆ ਸੀ ਇਧਰੋਂ ਤੇ ਪੱਠੇ ਵਾਲਿਆਂ ਦੀ ਟਰਾਲੀ ਆ ਰਹੀ ਸੀ, ਪੱਪੂ ਕੀ ਕਿਸੇ ਵੀ ਪੱਠੇ ਵਾਲੀ ਟਰਾਲੀ ਆ ਰਹੀ ਸੀ, ਤੇਰ ਸਾਰ ਬੜੀ ਹੋਈ, ਸੰਭਲਾ ਨਹੀਂ ਗਿਆ ਟਰੈਕਟਰ, ਜੱਕ ਉੱਤੇ ਚੜਾਤਾ ਸੀ ਸਿਰ ਦੀ, ਸਿਰ ਦਾ ਫਿਸ ਗਿਆ ਸਲੋ, ਡੈਥ ਮੌਕੇ ਤੇ ਡੈਡ ਹੋ ਗਿਆ। ਮੇਰਾ ਨਾਮ ਬਲਵੀਰ ਸਿੰਘ ਜੀ, ਹਾਂਜੀ, ਹਾਂ ਵਾਸੀ ਪਿੰਡ ਗਿਲਚੇ। ਉਮਰ ਤਕਰੀਬਨ 50 ਸਾਲ ਸੀ। ਮੇਰੇ ਚਾਚੇ ਦਾ ਲੜਕਾ ਸੀ, ਸਵੇਰੇ ਨਾ ਤਕਰੀਬਨ 8:30-9 ਵਜੇ ਦੇ ਕਰੀਬ ਬਾਜ਼ਾਰ ਆ ਰਿਹਾ ਸੀ ਬੋਰ ਦਾ ਸਮਾਨ ਲੈਣ ਵਾਸਤੇ, ਤੇ ਕੁਤਬਿਆਲੇ ਮੋੜ ਦੇ ਲਾਗੇ ਇੱਕ ਤੇਜ਼ ਰਫ਼ਤਾਰ ਟਰਾਲੀ ਜਿਹੜੀ ਪੱਠੇ ਤੋਂ ਪੱਠੇ ਨੂੰ ਜਾ ਰਹੀ ਸੀ, ਬਹੁਤ ਤੇਜ਼ ਸੀਗੀ ਭਾਜੀ, ਉਹਦੇ ਤੋਂ ਕੁਝ ਸੰਭਲੀ ਨਹੀਂ, ਤੇ ਜਾਂਦੇ ਸਾਰੀ ਇਹਨਾਂ ਨੇ ਮਤਲਬ ਕਿ ਇਹ ਮੋਟਰਸਾਈਕਲ ਤੇ ਆ ਰਹੇ ਸੀ ਸ਼ਹਿਰ ਨੂੰ, ਤੇ ਟਰੈਕਟਰ ਨੂੰ ਉੱਪਰ ਚੜਾ ਤਾ ਉਹਨਾਂ ਨੇ। ਹਾਂਜੀ, ਮੌਕੇ ਤੇ ਹੀ ਡੈਥ ਹੋ ਗਈ। ਇਹ ਗੁਰਦੀਪ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਿੰਡ ਕਿਲਚੇ ਦਾਖਲੀ ਦੁਜੀਗੇ, ਇਹ ਆਪਣੇ ਮੋਟਰਸਾਈਕਲ ਤੋਂ ਫਿਰੋਜਪੁਰ ਨੂੰ ਆ ਰਿਹਾ ਸੀਗਾ, ਤੇ ਰਾਸਤੇ ਵਿੱਚ ਇੱਕ ਆਪਣੇ ਰੇੜਾ ਜਾ ਰਿਹਾ ਸੀਗਾ, ਉਹ ਟੋਇਆ ਕਰਕੇ ਰੇੜੇ ਨੇ ਬ੍ਰੇਕ ਮਾਰੀ ਤੇ ਪਿੱਛੇ ਵੱਜਿਆ ਸੀਗਾ, ਉਹਦੇ ਬਸ ਉਹ ਡਿੱਗਣ ਤੋਂ ਬਾਅਦ ਸੜਕ ਡਿੱਗ ਪਿਆ, ਸੜਕ ਡਿੱਗਣ ਤੋਂ ਬਾਅਦ ਉਦੋਂ ਟਰਾਲੀ ਇੱਕਦਮ ਸਪੀਡ ਨਾਲ ਬੜੀ ਤੇਜ਼ ਨਾਲ ਟਰਾਲੀ ਆਈ, ਜੋ ਉਹਨੂੰ ਕੁਚਲ ਕੇ ਅੱਗੇ ਨਿਕਲ ਗਈ, ਜਿਸ ਨਾਲ ਉਹਦੀ ਮੌਤ ਹੋ ਗਈ ਆ। ਇਸ ਸੰਬੰਧੀ ਅਸੀਂ FIR ਦੇ ਭਰਾ ਸੁਰਜੀਤ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 88 ਦਰਜ ਰਜਿਸਟਰ ਥਾਣਾ ਕੀਤਾ, ਤੇ ਮੁਕੱਦਮੇ ਤਫਤੀਸ਼ ਜਾਰੀ ਹੈ। ਗ੍ਰਿਫਤਾਰੀ ਪਾਈ ਹੈ? ਨਹੀਂ, ਹਲੇ ਨਹੀਂ ਜੀ, ਗ੍ਰਿਫਤਾਰੀ ਕਰਾਂਗੇ ਜੀ, ਹਾਂ ਤਫਤੀਸ਼ ਜਾਰੀ ਹੈ। ਹਾਂ, ਟਰਾਲੀ ਲੈ ਲਈ ਕਬਜ਼ੇ 'ਚ? ਨਹੀਂ, ਟਰੈਕਟਰ ਨਹੀਂ ਮਿਲਿਆ, ਟਰੈਕਟਰ ਲੈ ਕੇ ਭੱਜ ਗਿਆ, ਟਰਾਲੀ ਮਿਲ ਗਈ ਸਾਨੂੰ, ਉਹ ਅਸੀਂ ਕਬਜ਼ੇ ਲੈ ਲਈ ਆ, ਅਗਲੀ ਤਫਤੀਸ਼ ਜਾਰੀ ਹੈ। ਕੀ ਨਾਮ ਤੁਹਾਡਾ?